ਅੱਜ ਆਪਾਂ ਦੇਖਦੇ ਹਾਂ ਕਿ ਏਜੈਕਸ ਕੀ ਚੀਜ਼ ਹੁੰਦੀ ਆ। ਏਜੈਕਸ ਨੂੰ ਜੇ ਬਹੁਤ ਹੀ ਸਿੰਪਲ ਵਰਡਸ ਵਿੱਚ ਅਗਰ ਦੇਖਿਆ ਜਾਏ ਤਾਂ ਏਜੈਕਸ ਕਹਿ ਲਓ ਕਿ ਇੱਕ ਤਰੀਕਾ ਆ, ਇੱਕ ਟੈਕਨੀਕ ਆ ਜਿਹਦੇ ਥਰੂ ਆਪਾਂ ਸਰਵਰ ਤੋਂ ਹੋ ਕੇ ਆਉਂਦੇ ਹਾਂ ਲੇਕਿਨ ਆਪਣਾ ਪੇਜ ਰੀਫਰੈਸ਼ ਨਹੀਂ ਹੁੰਦਾ। ਅਦਰਵਾਈਜ਼ ਜਦੋਂ ਵੀ ਆਪਾਂ HTML ਪੇਜ 'ਤੇ ਹੁੰਦੇ ਹਾਂ, ਅਗਰ ਆਪਾਂ ਸਰਵਰ ਤੋਂ ਕੋਈ ਚੀਜ਼ ਮੰਗਵਾਉਣੀ ਹੋਵੇ ਤਾਂ ਇੱਕ ਟ੍ਰਿਪ ਬਣਦਾ ਸਰਵਰ ਦਾ ਨਾ, ਜਿੱਦਾਂ ਡਾਇਆਗ੍ਰਾਮ ਦੇ ਵਿੱਚ ਆਉਂਦਾ ਹੈਗਾ। ਤੁਸੀਂ ਬ੍ਰਾਊਜ਼ਰ 'ਚ ਬੈਠੇ ਹਾਂ, ਕਰੋਮ 'ਚ ਜਾਂ ਮੋਜ਼ੀਲਾ ਜਾਂ ਕਿਤੇ ਵਿੱਚ, ਤੁਸੀਂ ਡਾਟਾਬੇਸ 'ਚੋਂ ਰਿਕਾਰਡ ਮੰਗਵਾਉਣਾ ਵਾ ਜਾਂ ਕੋਈ ਅਪਡੇਟ ਕਰਨਾ ਵਾ, ਤੁਸੀਂ ਇੱਥੋਂ ਰਿਕੁਐਸਟ ਸੈਂਡ ਕਰੋਗੇ ਸਰਵਰ 'ਤੇ, ਸਰਵਰ 'ਤੇ ਜਾ ਕੇ ਰਿਕੁਐਸਟ ਪ੍ਰੋਸੈਸ ਹੋਏਗੀ ਅਤੇ ਮੁੜ ਕੇ ਵਾਪਸ ਆਏਗੀ ਅਤੇ ਤੁਹਾਡਾ ਪੇਜ ਰੀਫਰੈਸ਼ ਹੋਏਗਾ। ਲੇਕਿਨ ਏਜੈਕਸ ਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਪੂਰਾ ਪੇਜ ਰੀਫਰੈਸ਼ ਨਹੀਂ ਹੁੰਦਾ, ਜਸਟ ਓਨਾ ਹੀ ਪਾਰਟ ਰੀਫਰੈਸ਼ ਹੁੰਦਾ ਜਿਹੜਾ ਕਿ ਤੁਸੀਂ ਕਰਨਾ ਚਾਹੁੰਦੇ ਹੋ। ਉਹਦੀ ਬਹੁਤ ਸਿੰਪਲ ਐਗਜ਼ਾਮਪਲ ਗੂਗਲ ਹੈਗੀ ਆ, ਅਤੇ ਗੂਗਲ ਨੇ ਹੀ ਏਜੈਕਸ ਨੂੰ ਕਾਫੀ ਪਾਪੂਲਰ ਕਰਵਾਇਆ ਸੀਗਾ ਜਦੋਂ ਗੂਗਲ ਨੇ ਗੂਗਲ ਸੁਜੈਸਟ ਯੂਜ਼ ਕੀਤਾ ਸੀ। ਹੁਣ ਗੂਗਲ ਸੁਜੈਸਟ ਕੀ ਚੀਜ਼ ਆ, ਉਹਦੇ ਵਾਸਤੇ ਤੁਸੀਂ ਦੇਖੋ ਕਿ ਮੈਂ ਇੱਥੇ ਦੇਖ ਲਿਖਦਾ 20 ਲਿਖਿਆ ਨਾ, ਉਹ ਜਿਹੜੇ ਥੱਲੇ ਜਿਹੜੇ ਵਰਡਸ ਆਏ ਆ ਇਹ ਡਾਟਾਬੇਸ ਤੋਂ ਹੋ ਕੇ ਆਏ ਆ, ਯਾਨੀ ਇਹ ਏਜੈਕਸ ਵਿੱਚ ਨਹੀਂ, ਜਾਵਾਸਕ੍ਰਿਪਟ ਦੇ ਵਿੱਚ ਨਹੀਂ ਲਿਖੇ ਹੋਏ ਸੀਗੇ। ਇਹ ਰਿਕੁਐਸਟ ਗਈ ਆ ਪਿੱਛੇ ਸਰਵਰ 'ਤੇ, ਸਰਵਰ ਤੋਂ ਉਹਨੇ ਪਿੱਕ ਕੀਤੇ ਨੇ ਰੈਲੇਵੈਂਟ ਵਰਡਸ ਅਤੇ ਮੁੜ ਕੇ ਲੈ ਕੇ ਆਇਆ। ਇਹ ਏਜੈਕਸ ਹੈਗਾ, ਅਤੇ ਏਜੈਕਸ ਨੂੰ ਉਹਨਾਂ ਕੋਲ ਪੁੱਛੀ ਗੂਗਲ ਕੋਲੋਂ, ਤਾਂ ਉਹਨੇ ਕਿਹਾ ਕਿ ਏਜੈਕਸ ਸਟੈਂਡ ਫਾਰ ਅਸਿੰਕਰੋਨੋਸ ਜਾਵਾਸਕ੍ਰਿਪਟ ਐਂਡ XML। ਹੁਣ ਆਹ ਜਿਹੜਾ ਵਰਡਸ ਹੈਗਾ ਅਸਿੰਕਰੋਨੋਸ ਜਾਂ ਸਿੰਕਰੋਨੋਸ, ਇਹਦਾ ਮਤਲਬ ਕੀ ਹੁੰਦਾ ਕਿ ਸਿੰਕ ਕਾਲ ਜਾਂ ਏ ਸਿੰਕ ਕਾਲ। ਸਿੰਕ ਕਾਲ ਇਹ ਹੁੰਦੀ ਹੈ ਕਿ ਤੁਸੀਂ ਅਗਰ ਲਾਈਨ ਬਾਈ ਲਾਈਨ ਕੋਡ ਐਗਜ਼ੀਕਿਊਟ ਕਰ ਰਹੇ ਹੋ ਨਾ, ਸਪੋਜ਼ ਕਹਿ ਲਓ ਤੁਸੀਂ ਕੋਡ ਲਿਖਿਆ ਫੰਕਸ਼ਨ 1 ਹੈਗਾ, ਅੱਗੇ ਕੁਝ ਕੋਡ ਲਿਖੇ ਨੇ ਥੱਲੇ, ਫਿਰ ਲਾਈਨਾਂ ਕਾਫੀ ਕੋਡ ਲਿਖੀਆਂ ਹੋਈਆਂ ਥੱਲੇ, ਇੱਥੇ ਕੋਈ ਹੋਰ, ਅਤੇ ਅਗਰ ਤੁਹਾਡੀ ਤੁਸੀਂ ਇਹਨੂੰ ਸਿੰਕ ਤਰੀਕੇ ਨਾਲ ਐਗਜ਼ੀਕਿਊਟ ਕਰੋਗੇ ਤਾਂ ਇਹਦਾ ਮਤਲਬ ਇਹ ਜੋ ਪਹਿਲਾ ਫੰਕਸ਼ਨ ਕਾਲ ਕਰੋਗੇ ਤੁਸੀਂ ਇਹ, ਜਦੋਂ ਇਹਦਾ ਰਿਜ਼ਲਟ ਆ ਜੂਗਾ ਫਿਰ ਬਾਕੀ ਲਾਈਨਾਂ ਐਗਜ਼ੀਕਿਊਟ ਹੋਣਗੀਆਂ। ਲੇਕਿਨ ਏ ਸਿੰਕ ਵਿੱਚ ਇਹ ਹੁੰਦਾ ਕਿ ਤੁਸੀਂ ਫੰਕਸ਼ਨ ਕਾਲ ਕਰਦੇ ਹਾਂ ਲੇਕਿਨ ਇਹਦਾ ਹਾਲੇ ਰਿਜ਼ਲਟ ਆਇਆ ਨਹੀਂ ਹੁੰਦਾ, ਤੁਸੀਂ ਅਗਲੀ ਲਾਈਨਾਂ ਵੀ ਐਗਜ਼ੀਕਿਊਟ ਕਰਨ ਲੱਗ ਪੈਂਦੇ ਹਾਂ। ਅਤੇ ਏ ਸਿੰਕ ਕਾਲ ਦਾ ਫਾਇਦਾ ਇਹ ਹੁੰਦਾ ਕਿ ਤੁਹਾਡਾ ਪੇਜ ਕਦੀ ਵੀ ਹੈਂਗ ਨਹੀਂ ਹੁੰਦਾ, ਮਤਲਬ ਅਗਰ ਆ ਫੰਕਸ਼ਨ ਲੰਮਾ ਟਾਈਮ ਲੈ ਰਿਹਾ ਹੋਵੇ ਤਾਂ ਤੁਹਾਡਾ ਪੇਜ ਹੈਂਗ ਹੋ ਜਾਏਗਾ ਅਗਰ ਤੁਸੀਂ ਸਿੰਕ ਕਾਲ ਕਰੋ। ਲੇਕਿਨ ਏ ਸਿੰਕ ਜਾਂ ਅਸਿੰਕਰੋਨਸ ਕਾਲ ਦੇ ਵਿੱਚ ਕੀ ਹੋਏਗਾ ਕਿ ਤੁਹਾਡਾ ਪੇਜ ਹੈਂਗ ਨਹੀਂ ਹੋਏਗਾ, ਫੰਕਸ਼ਨ ਕਾਲ ਹੋਇਆ ਉਹਦਾ ਰਿਸਪੋਂਸ ਜਦੋਂ ਵੀ ਆਵੇ ਤੁਹਾਡੀਆਂ ਬਾਕੀ ਪੇਜ ਲੋਡ ਹੋ ਜਾਏਗਾ। ਅਤੇ ਜਾਂ ਏਜੈਕਸ ਦੇ ਵਿੱਚ ਆਪਾਂ ਏਸਿੰਕ ਕਾਲ ਕਰਦੇ ਹਾਂ, ਮਤਲਬ ਆਪਾਂ ਸਰਵਰ 'ਤੇ ਰਿਕੁਐਸਟ ਸੈਂਡ ਕਰ ਦਿੰਦੇ ਹਾਂ ਲੇਕਿਨ ਆਪਣਾ ਫੰਕਸ਼ਨ ਉੱਤੇ ਵੇਟ ਨਹੀਂ ਕਰਦਾ, ਬਾਕੀ ਸਾਡਾ ਕੋਡ ਚੱਲਦਾ ਰਹਿੰਦਾ। ਅਤੇ ਕਹਿ ਲਓ ਕਿ ਇਹ ਤਾਂ ਬੇਸਿਕ ਜਾਂ ਇੱਕ ਇੰਟਰੋਡਕਸ਼ਨ ਸੀਗਾ ਕਿ ਏਜੈਕਸ ਕੀ ਹੁੰਦਾ। ਹੁਣ ਏਜੈਕਸ ਦੇ ਵਿੱਚ ਆਪਾਂ ਨਾ ਇੱਕ ਟੈਕਨੀਕ ਯੂਜ਼ ਕਰਦੇ ਹਾਂ ਅਨੋਨੀਮਸ ਫੰਕਸ਼ਨਸ ਦੇ। ਅਨੋਨੀਮਸ ਫੰਕਸ਼ਨਸ ਕਿੱਦਾਂ ਹੁੰਦੇ ਆ, ਕੀ ਕਿੱਦਾਂ ਕਾਲ ਹੁੰਦੇ ਆ, ਉਹਦੇ ਲਈ ਆਪਾਂ ਨੈਕਸਟ ਲੈਕਚਰ ਦੇਖਦੇ ਹਾਂ।